ਸਹੁਰੇ ਚ ਰਹੀ ਸੁਣਿਆ ਸੀ ਵੀ ਜਗਜੀਤ ਸਿੰਘ ਦੇ ਮੁੰਡਿਆਂ ਨੇ ਜੁੱਤੀਆਂ ਦੀਆਂ ਦੁਕਾਨਾਂ ਪਾਈਆਂ ਉਹਦੇ ਕੋਈ ਸਾਲ ਕੁ ਬਾਅਦ ਕਿੱਥੇ ਸਰਦਾਰੀਆਂ ਤੇ ਕਿੱਥੇ ਫਿਰ ਦੁਕਾਨਦਾਰੀਆਂ ਕਿੱਥੇ ਸਰਦਾਰੀਆਂ ਤੇ ਕਿੱਥੇ ਦੁਕਾਨਦਾਰੀਆਂ ਇੱਥੇ ਦੇ ਉਹ ਜੀ ਮਾਲਕ ਸੀ ਸਾਰੇ ਹਰ ਚੀਜ਼ ਦੇ ਇੱਥੇ ਦਿੰਦੇ ਸੀ ਕੋਈ ਮਾਲਕ ਨਹੀਂ ਸੀ ਉਹਨਾਂ ਦਾ ਬਗੈਰ ਜੇ ਮੈਂ ਉਹਦਾ ਮਜ਼ਾਰਾ ਨਾ ਜਾਂ ਚੌਕੀਦਾਰ ਹਾਂ ਮੈਂ ਉਹਨੂੰ ਆਇਆ ਅਤੇ ਉਹਨੇ ਆਖਣਾ ਬੀਬਾ ਤੂੰ ਹੜਵਾ ਹੜਵਾ ਬਸ ਸਾਡੇ ਅੱਲਾ ਹੜਵਾ ਬਿਲਕੁਲ ਬੋ ਮਜਾਜ ਜਾਂ ਚਦਰਾ ਇਹ ਨਹੀਂ ਸੀ ਹੁਣ ਤਾਂ ਅੱਜ ਕੱਲ੍ਹ ਦੇ ਡੂਰ ਪੈ ਦੀ ਪੈਲੀ ਮੰਗੋ ਨਾ ਜੇ ਉਹ ਤੁਰਿਆ ਜਾਂਦਾ ਹੋਵੇ ਤਾਂ ਮੈਂ ਅੱਲਾ ਡੱਕਾ ਦਵਾਉਂਦਾ ਭੈਣ ਚੋਦਾ ਗਾਂ ਪੈਲੀ ਨਹੀਂ ਦੇਣੀ ਤੈਨੂੰ ਮੈਂ ਕਹਿੰਦੇ ਨੇ ਇਹਨਾਂ ਦੀਆਂ ਬੀਬੀਆਂ ਵੀ ਜਿਹੜੀਆਂ ਸਨ ਉਹ ਵੀ ਅਗਰ ਬਾਹਰ ਨਿਕਲਣਾ ਤਾਂ ਪਰਦੇ 'ਚ ਨਿਕਲਣਾ ਪਰਦੇ 'ਚ ਕੀ ਜੀ ਉਹ ਇਹ ਗੱਲ ਆਉਂਦੀਆਂ ਸੀ ਵੀ ਕਣਕ ਲੱਗਦੀ ਕਿਨੂੰ ਅੱਛਾ ਵੀ ਕਣਕ ਟਾਹਲੀ ਨੂੰ ਲੱਗਦੀ ਹੈ ਟਾਹਲੀਆਂ ਲੱਗਦੀ ਰੁੱਖਾਂ ਨੂੰ ਲੱਗਦੀ ਜਾਂ ਜ਼ਮੀਨ 'ਚ ਉੱਗਦੀ ਹੈ ਹਾਂ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਇੰਨਾ ਪਤਾ ਨਹੀਂ ਸੀ ਉਹਨਾਂ ਨੂੰ ਪੜਦਾ ਸੀ ਇੰਨਾ ਸੀ ਵਰਤਾਰਾ ਕਿਵੇਂ ਦਾ ਸੀ ਬੜਾ ਵਰਤਾਰਾ ਚੰਗਾ ਸੀ ਅੱਛਾ ਉਹਨਾਂ ਸਿੱਖਾਂ ਦਾ ਜਿਹਨਾਂ ਦਾ ਮਨਾ ਲੈਂਦਾ ਹਾਂਜੀ ਉਹਨਾਂ ਦਾ ਵਰਤਾਰਾ ਵੇਖਿਆ ਸੁਣਿਆ ਨਹੀਂ ਬੜਾ ਚੰਗਾ ਸੀ ਅੱਛਾ ਸਾਡੇ ਨਾਲੋਂ ਬਹੁਤ ਚੰਗਾ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜੀ ਇਬਰਾਹਿਮ ਅਤੇ ਤੁਹਾਡੇ ਵਾਲਦ ਸਾਹਿਬ ਦਾ ਅਬਦੁੱਲਾ ਦਾਦੇ ਹੋਰਾਂ ਦਾ ਹਾਂਜੀ ਦਾਦੇ ਹੋਰਾਂ ਦਾ ਨਾਂ ਯਾਦ ਜੀ ਦਾਦੇ ਹੋਰਾਂ ਦਾ ਨਾਂ ਯਾਦ ਹੈ ਜੀ ਜੀ ਉਹਨਾਂ ਦਾ ਨਾਂ ਸੀ ਮੇਰੇ ਜਿਹਨੂੰ ਨਿਕਲ ਗਿਆ ਕੀ ਕਰਾਂ ਚਲੋ ਕੋਈ ਨਹੀਂ ਗੱਲ ਅੱਛਾ ਮੈਨੂੰ ਇਹ ਦੱਸੋ ਕਿ ਇਸ ਵੇਲੇ ਅਸੀਂ ਕਿੱਥੇ ਬੈਠੇ ਹਾਂ ਵਾੜਾ ਇਮਾਮਦੀਨ ਸ਼ਰਕੀ ਜੀ ਵਾੜਾ ਇਮਾਮਦੀਨ ਸ਼ਰਕੀ ਸ਼ਰਕੀ ਸ਼ੁਰੂ ਤੋਂ ਹੀ ਇਹਦਾ ਨਾਂ ਇਹੋ ਹੀ ਸੀ ਇਹ ਸ਼ੁਰੂ ਤੋਂ ਇਹਦਾ ਨਾਂ ਇਹੋ ਹੀ ਵਾੜਾ ਇਮਾਮਦੀਨ ਵਾੜਾ ਇਮਾਮਦੀਨ ਸ਼ਰਕੀ ਕੱਚੀ ਕੋਠੀ ਕੱਚੀ ਕੋਠੀ ਹਾਂ ਇਹਦੇ ਆਲ ਦੁਆਲ ਕਿਹੜੇ ਕਿਹੜੇ ਪਿੰਡ ਨੇ ਇਹਦੇ ਆਲ ਦੁਆਲ ਦੀ ਚੰਗਰਾਂ ਵਾਲਾ ਰੋੜੀ ਗੁਰੂਆਂ ਵਾਲੀ ਹਾਥੀਆਣਾ ਦੁਆਨ ਵਾਲਾ ਹੇਰਾਂ ਟਿੱਬੀ ਸਾਹਿਬ ਸਿੰਘ ਦੀ ਖੰਮੀਆਂ ਵਾਲਾ ਹਾਂਜੀ ਜੀ ਇਹ ਪਿੰਡ ਜੀ ਇਹਦੇ ਦੁਆਲੇ ਅੱਛਾ ਅਤੇ ਇਹ ਤਹਿਸੀਲ ਕਿਹੜੀ ਹੈ ਅਤੇ ਜ਼ਿਲ੍ਹਾ ਕਿਹੜਾ ਹੈ ਸ਼ੇਖੂਪੁਰਾ ਤਹਿਸੀਲ ਤਹਿਸੀਲ ਵੀ ਸ਼ੇਖੂਪੁਰਾ ਜ਼ਿਲ੍ਹਾ ਵੀ ਸ਼ੇਖੂਪੁਰਾ ਅੱਛਾ ਅਤੇ ਤੁਹਾਡਾ ਜੰਮਪਲ ਇੱਥੋਂ ਦਾ ਹੀ ਹੈ ਸਾਡਾ ਇੱਥੋਂ ਦਾ ਜੰਮਪਲ ਹੈ ਅੱਛਾ ਇਹ ਦੱਸੋ ਕਿ ਜਦੋਂ ਪਾਕਿਸਤਾਨ ਬਣਿਆ ਹਾਂਜੀ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ ਉਦੋਂ ਸਾਡੀ ਉਮਰ ਜੀ 17 ਸਾਲ ਦੀ ਮੇਰੀ ਉਮਰ ਮਤਲਬ ਤੁਹਾਨੂੰ ਪੂਰਾ ਸੰਭਾਲਾ ਹੈ ਹਾਂਜੀ ਪੂਰਾ ਸੰਭਾਲਾ ਤੁਸੀਂ ਦੱਸਣ ਦਿਆ ਸੀ ਕਿ ਇੱਥੇ ਕੋਈ ਮਾਲਕੀ ਸਿੱਖਾਂ ਕੋਲ ਵੀ ਹੈ ਸੀ ਹਾਂਜੀ ਸਿੱਖਾਂ ਕੋਲ ਵੀ ਮਾਲਕੀ ਹੈ ਸੀ ਸਿੱਖਾਂ ਦੀ ਮਾਲਕੀ ਸਾਰੀ ਸਿੱਖਾਂ ਦੀ ਸੀ ਇਹ ਬੁਰਜੀ ਆ ਅੱਛਾ ਕਰਤਾਰ ਸਿੰਘ ਪ੍ਰਿਤੀਪਾਲ ਸਿੰਘ ਅੱਛਾ ਜਗਜੀਤ ਸਿੰਘ ਨੌਂ ਨਿਹਾਲ ਸਿੰਘ ਅੱਛਾ ਜੀ ਕਰਤਾਰ ਸਿੰਘ ਫੌਤ ਹੋ ਗਿਆ ਸੀ ਅੱਛਾ ਉਹ ਲਹਿੰਦਾ ਪੈਂਦਾ ਉਹ ਨਾਲ ਪਿਆ ਉਹਦੀ ਜ਼ਮੀਨ ਇੱਥੋਂ ਤੁਰ ਕੇ ਪਰਾਂ ਨੂੰ ਆਹ ਇਹਨੂੰ ਕਰਤਾਰ ਜਗਜੀਤ ਸਿੰਘ ਦੀ ਆ ਆਹ ਜਿਹੜੀ ਹੈ ਪ੍ਰਿਤੀਪਾਲ ਸਿੰਘ ਦੀ ਆ ਜਿਹੜਾ ਕੋਟ ਆਪਣਾ ਕੋਟਵਾਰ ਕੋਟਵਾਰ ਆ ਉਹ ਨੌਂ ਨਿਹਾਲ ਸਿੰਘ ਦਾ ਅੱਛਾ ਅਤੇ ਜਿਹੜੀਆਂ ਕੇਰਾਂ ਨੇ ਕੇਰਾਂ ਉੱਧਰ ਚਲੇ ਜਾਂਦੀਆਂ ਜੀ ਉਹ ਪਰਾਂ ਟੋਲ ਪਰਾਂ ਚਲੇ ਜਾਂਦੀਆਂ ਪਰਾਂ ਚਲੇ ਹਾਂ ਉਹ ਪਰਾਂ ਚਲੇ ਜਾਂਦੀ ਉਹ ਨਹੀਂ ਇੱਧਰ ਆਉਂਦੀਆਂ ਉਹ ਇੱਧਰ ਨਹੀਂ ਆਉਂਦੀ ਨਹੀਂ ਪਰ ਉਹ ਵੀ ਰਕਬਾ ਹੈ ਅਤੇ ਮਨ ਵਾਲੇ ਦਾ ਹੀ ਸੀ ਮਨ ਵਾਲੇ ਦਾ ਹੀ ਰਕਬਾ ਉਹ ਵੀ ਮਨ ਕੇਰਾਂ ਵੀ ਮੇਰਾ ਮਨ ਵਾਲੇ ਦਾ ਰਕਬਾ ਠੀਕ ਹੈ ਅਤੇ ਚੰਦਰਕੋਟ ਤੱਕ ਆ ਅੱਛਾ ਅਤੇ ਇਹ ਜਿਹੜੇ ਪ੍ਰਿਥਵੀਪਾਲ ਸਿੰਘ ਸੀ ਹਾਂਜੀ ਇਹਨਾਂ ਦੇ ਕੋਈ ਬੱਚਿਆਂ ਦੇ ਵੀ ਨਾਂ ਯਾਦ ਜੇ ਨਹੀਂ ਕੋਈ ਬੱਚਿਆਂ ਦੇ ਨਾਂ ਨਹੀਂ ਯਾਦ ਹੈ ਮੈਂ ਝੂਠ ਨਹੀਂ ਮਾਰਨਾ ਉਸ ਵੇਲੇ ਕਿੰਨੀ ਕੁ ਉਮਰ ਹੋਏਗੀ ਉਮਰ ਤਾਂ ਉਮਰ ਤਾਂ ਮੇਰੀ ਵਾਹਵਾ ਸੀ ਜਵਾਨ ਸਾਂ ਮੈਂ ਨਹੀਂ ਇਹਨਾਂ ਦੀ ਉਮਰ ਕਿੰਨੀ ਸੀ ਹਾਂਜੀ ਪ੍ਰਿਥਵੀਪਾਲ ਸਿੰਘ ਉਹਨਾਂ ਦੀ ਉਮਰ ਕਿੰਨੀ ਸੀ ਇਹਨਾਂ ਦੀ ਉਮਰ ਤਾਂ ਵਾਹਵਾ ਸੀ ਅੱਛਾ ਹਾਂਜੀ ਇਹਦੇ ਵਾਹਵਾ ਸੀ ਢੜੇ ਸੀ ਜਵਾਨੀਓ ਅੱਛਾ ਹਾਂ ਅਤੇ ਘਰ ਬੂਆ ਇਹਨਾਂ ਦਾ ਘਰ ਬੂਆ ਮਾਨਾ ਵਾਲੇ ਮਾਨਾ ਵਾਲੇ ਕਿਉਂ ਦੇ ਅੱਛਾ ਇੱਥੇ ਸਿਰਫ ਉਹਨਾਂ ਦੀ ਪੈਲੀ ਸੀ ਇੱਥੇ ਪੈਲੀ ਸੀ ਉਹਨਾਂ ਦੀ ਬਸ ਇਹਨਾਂ ਚੌਂ ਥਾਵਾਂ 'ਤੇ ਪੈਲੀ ਸੀ ਘਰ ਬੂਆ ਮਾਨਾ ਵਾਲੇ ਸੀ ਜਗਜੀਤ ਸਿੰਘ ਨੇ ਅਸਨੀ ਰੱਖੀ ਸੀ ਉੱਤੇ ਚੜ੍ਹਨ ਵਾਸਤੇ ਅੱਛਾ ਦੂਸਰੇ ਜਿਹੜੇ ਸੀ ਉਹਨਾਂ ਘੋੜੀਆਂ ਰੱਖੀਆਂ ਸੀ ਅੱਛਾ ਹਾਂ ਉਹ ਘੋੜੀਆਂ 'ਤੇ ਆਉਂਦੇ ਹੁੰਦੇ ਸੀ ਜਸਰਦਾਰ ਜਗਜੀਤ ਸਿੰਘ ਜਿਹੜਾ ਆਹ ਜ਼ਮੀਨ ਜਿਹੜੀ ਉਹ ਅਸਨੀ 'ਤੇ ਆਉਂਦਾ ਹੁੰਦਾ ਅੱਛਾ ਉਹਨੇ ਅਸਨੀ ਰੱਖੀ ਆਪਣਾ ਕੀ ਕੰਮ ਕਾਰ ਸੀ ਉਦੋਂ ਸਾਡਾ ਕੰਮ ਕਾਰ ਸੀ ਜੀ ਅਸੀਂ ਸਰਦਾਰ ਜਗਜੀਤ ਸਿੰਘ ਦੇ ਚੌਂਕੀਦਾਰਾ ਮੁਨਸ਼ੀਪੁਣਾ
या चौकीदार कुछ कर लो भाई, यानी फसल जरा बाहर कपाह कणक मकई कुछ भी है फसल वो हाँ वडा के ते मन आए उन्होंने करना ते पा मनी लेनी है। अच्छा और नहीं कुछ लेना। सही है पा मनी लेनी है जिन्नी जिनस हो जाए उसकी पा मनी के हिसाब ना वो लिखी होनी उन्होंने सारी एक मुंशी होंगे लिखने वाला। अच्छा तो असा वो तोलनी तो वो सारी वंड वडा के उसकी पा मनी लेनी है। अच्छा और पैसा तेला कोई चीज़ नहीं लेनी। मझा दो रखिया से दो खरा जगह थी सानू ने उस पट्ठे बीज देने अपने मौज ने चार ले। सही बड़ा सही बंदा वर्तारा कि बड़ा वर्तारा चंगा से। अच्छा उन्हें सिखा का जिन्हों का मना लेना हाँ जी उन्हों का वर्तारा वेख्या सुनिया नहीं बड़ा चंगा से। अच्छा साढ़े नालों बहुत चंगा एक साल ठेका देता ठेका टुट गया। अच्छा यानी जिनस ना इन्नी हुई या कोई रहत भी की। अच्छा ठेका टुट गया सरदार जगजीत सिंह ने उन्होंने आख्या करता अपना प्रतिपाल सिंह ने आख्या ठेका नहीं लेना वेखना है साल की कणके रहन देनी आ दो मझा ये दुध पीन रहन देनिया जो वोंड रहन देनिया जे वाफर हो वो मका के ठेके ही ले आने नहीं तो वरना कोई नहीं लेना बरतारा उन्होंने इवें दस। वाह जी वाह हूँ तो मुसलमाना दे भावे धी वेच पुछो जो मर्जी हो मेरे तक पैसे है सारे मान ही सन ये मान ये मान से व्डे मां आ जो मान है कि नहीं उन्होंने व्डे हूँ वो तो गुजर गए हूँ तो यही भी नहीं उन्होंने ना कितने जाने वो को मान ही हो पारत दस सकता ये भी मान ही सी ये मुसलमान हो गया ये हो ही नहीं ये मुसलमान हो गया ये भी हो सी इन्हें चो सी अवलगन चांदी कोट मछराड़ा। अच्छा इन्हें चो सी ये भी उन्होंने चो ये भी उन्हें चो तो हूँ हूँ तीसरी नसल बदल गई पता नहीं है इन्हें चो तो मान वाला ता ही ना रखे मान मान से मान वाला तो इन्हों के घर टुर जाते नहीं। अच्छा घर नहीं जाना। अच्छा पर्दा घर नहीं जाना। अच्छा पर्दा से पूरा पर्दा है घर बारों जिनस कर ली आ खोतिया उत्ते इस तरह उन्होंने गोदाम बने से बहर उ लवा देनी है तो उत्थे बाहर से आ जाना। कहते हैं इन्हों बीबिया भी जड़िया सन वह भी अगर बाहर निकलना तो परदे च निकलना है परदे की जी वो ये गल आती असं भी कणक लगती कि अच्छा भी कणक टाली लगती है टालियाँ लगती रुखा लगती है जमीन झोंकती है उन्होंने ये भी नहीं इन्ना पता नहीं उन्होंने पढ़ता से इन्ना बहुत बंदे क्या बात है उन्होंने है सी चलो सिख मुसलमान नहीं सी पर साढ़े ढेर गांव से जिते गाई अपड़ गए ना हूँ जो वो ढेर बहुत चंगे से वो चंगे इवे जी मुंशी आया इतने। अच्छा वो आ वेला होया तो नाता ना के उन्हें तो केस रखे उन्हें हाँ जी वो आ सुट के खिलारता फिर इतने जट हों से एक खैरदीन ना से बे मालिक से वही उन्हें कुत्ता एक रखे शिकारी। अच्छा शिकार खेडन प्रीति पाल जगजीत सिंह ने आना तो उन्हें वो कुत्ता छड के शिकार करना यानी शुगर वेखना सैयर छड के वो आन के उन्हें नहाता नहा के तो बहर निकल के गली दे फिरे बाजार के आ गया हल लैके उन्हें आख्या मुंशी साहब तुम किधर फिरते जी गुरचरण सिंह उन्हें आख्या बार सुखा उन्हें आख्या साढ़िया धियां भैन रोटियां लैके कोई खुआ के आई है कोई लैके जाती है तू गले जाके गला चार दुआली आ जिमें आवेली आ इवें सी खुली तू उसे सका जा के मौज कर गलियां चली फिर तुक अंदर त्यों मालिक है गली का वो चुप करके ले गया उन्हें डंगर सी छे बदे पुरानी एडी को उवें अद्धे बच्चों लैके आ गया उन्हें आन के ना लत्त एक जुत्तिया पैर तारा तो एक चुक ली आ सीन च मारिया उन्हें आख्या विखाएगा तो ना कि गल आई समझ के नहीं इतने मारे चंगा पेंटिया छड़ दिता चले गया नीकर चढ़े चले गया जाग जगजीत सिंह को शिकायत लाती मैंने जी मजारे ने मारे तो बड़ा मारिया उन्हें सुनया कर लिया उन्होंने अब्दुल्ला सद भाई बाप मेरे न प्यो पुत्र गए सैकल से मैं लै गया मैं दस जी पहले मेरे बाप ने आखा लगा ये मुंशी मारिया
ਕਹਿਰੂ ਨਹੀਂ। ਉਹਨੇ ਆਖਿਆ ਜੀ ਬਿਲਕੁਲ ਮਾਰਿਆ। ਇਹਨੂੰ ਪੁੱਛੋ ਮਾਰਿਆ ਕਾਹਦੇ ਤੋਂ, ਉਹ ਤਾਂ ਪੁੱਛੋ ਇਹਨੂੰ। ਇਹ ਜੋ ਵਾਲ ਖਿਲਾਰ ਕੇ ਗਲੀਆਂ 'ਚ ਫਿਰਦਾ ਸੀ, ਆਹ ਚਾਰ ਦੁਆਲੀ ਕੀਤੀ ਆ, ਆਪਣਾ ਮਕਾਨ ਪਾਇਆ, ਗੱਲਾਂ ਬਣਾਇਆ ਉੱਥੇ ਰਹਿਣ ਬਹਿਣ ਵਾਸਤੇ, ਅਤੇ ਉੱਥੇ ਸਿਕਾਉਂਦਾ ਰਹਿੰਦਾ ਬਹਿੰਦਾ, ਸੁਣਦਾ ਜੋ ਮਰਜ਼ੀ ਕਰਦਾ, ਉਹ ਆਣ ਕੇ ਇਹਨੂੰ ਹੋ ਜਾਂਦਾ, ਉਹਨੂੰ ਪੁੱਛ ਲੈਂਦੀ। ਇਹ ਬਾਜ਼ਾਰਾਂ 'ਚ ਫਿਰਦੇ, ਬਾਜ਼ਾਰਾਂ 'ਚ ਸਾਡੀਆਂ ਧੀਆਂ ਭੈਣਾਂ ਫਿਰਦੀਆਂ। ਉਹਨੇ ਆਖਿਆ ਅੱਛਾ ਬੀਬਾ ਐਵੇਂ, ਬੀਬਾ ਆਉਂਦਾ ਹੁੰਦਾ ਸੀ, ਬਹੁਤ ਹੀ ਬੋਲੀ ਸੀ, ਕੋਈ ਕਿਸੇ ਨੂੰ ਆਖੇ ਬੀਬਾ ਅੰਜ ਨਹੀਂ, ਬੀਬਾ ਅੰਜ ਨਹੀਂ। ਉਹਨੇ ਆਖਿਆ ਬਹੁਤ ਚੰਗਾ ਕੀਤਾ, ਹੋਰ ਲਾਉਣੀਆਂ ਸੀ, ਇਨਸਾਫ ਉਹਨਾਂ ਦਾ ਇਹ ਸੀ। ਉਹਨੇ ਆਖਿਆ ਹੋਰ ਲਾਉਣੀਆਂ ਸੀ। ਆਹ ਕੱਕੜ ਇੱਥੇ ਊਧਮ ਸਿੰਘ ਕੱਕੜਾਂ ਵਾਲਾ, ਉਹ ਵੀ ਸਿੱਖ ਸੀ। ਜਦੋਂ ਮਾਹ ਰਮਜ਼ਾਨ ਦਾ ਮਹੀਨਾ ਚੜ੍ਹ ਪੈਣਾ, ਉਹਨੇ ਆਖਣਾ ਜਿਹਨੂੰ ਗਾਂ ਦੀ ਦੁੱਧ ਆ ਲੋੜ ਆ ਗਾਂ ਲੈ ਜਾਓ, ਜਿਹਨੂੰ ਮੱਝ ਦੀ ਦੁੱਧ ਦੀ ਲੋੜ ਆ ਮੱਝ ਲੈ ਜਾਓ। 400-500 ਗਾਂ ਮੱਝ ਹੁੰਦੀ ਸੀ ਉਹਦੇ ਕੋਲ, ਐ ਨਹਿਰ ਦਿੱਤੇ ਆ ਕੱਕੜ। ਬਿਲਕੁਲ ਹਾਂ, ਜਿਹਨੂੰ ਮਕਈ ਦਾ ਆਟਾ ਚਾਹੀਦਾ ਉਹ ਲੈ ਜਾਓ, ਜਿਹਨੂੰ ਕਣਕ ਦਾ ਆਟਾ ਚਾਹੀਦਾ ਉਹ ਲੈ ਜਾਓ। ਤੁਹਾਡਾ ਅਦਬੋ ਅਦਾਬ ਦਾ ਮਹੀਨਾ ਆਇਆ, ਮਾਹ ਰਮਜ਼ਾਨ ਦਾ ਮਹੀਨਾ, ਰੋਜ਼ੇ ਰੱਖੋ। ਜਿਹਨੇ ਨਾ ਰੱਖਿਆ ਉਹ ਬਦੂਕ ਮਟੰਗੀ ਮਗੋਲੀ ਮਾਰਨੀ। ਬਾਹਰ ਹਾਲ ਵਗਦੇ ਸੀ, ਕੁੜੀ ਲੈ ਕੇ ਰੋਟੀ ਲੈ ਗਈ ਵਾਲੀਆਂ ਦੀ, ਉਹ ਅੱਗੋਂ ਟੁਰਾ ਆਉਂਦਾ। ਉਹਨੇ ਉਹਨੂੰ ਭੈਣ ਨਾ ਕੋਈ ਨਹੀਂ ਆਖਿਆ, ਦਸਾਂ ਕਰਮਾਂ ਤੋਂ ਉਹਨੇ ਆਖਿਆ ਇੱਥੇ ਕੋਈ ਇੱਥੇ ਰੋਟੀ ਰੱਖ ਦੇ, ਮੈਂ ਖਾਣੀ, ਮੈਨੂੰ ਭੁੱਖ ਲੱਗੀ ਹੈ। ਉਹਨੇ ਆਖਿਆ ਉਹ ਹਾਲ ਵਗਦੇ ਅੱਗੇ ਰੋਟੀ ਉਹਨਾਂ ਦੀ ਆਈ ਹੈ, ਮੈਂ ਉਹਨਾਂ ਦੀ ਲੈ ਕੇ ਚੱਲੀ, ਤੂੰ ਘਰ ਜਾ ਨਾ ਖੜ ਜਾ ਖਾਈ। ਉਹ ਉਸ ਹੋਟੇ ਲੰਘ ਗਈ, ਉਸ ਹੋਟੇ ਲੰਘ ਆਇਆ, ਕੋਈ ਗੱਲ ਨਹੀਂ ਕੋਈ ਬਾਤ ਨਹੀਂ, ਜਾ ਕੇ ਆਪਣੇ ਚਾਚਿਆਂ ਬਾਬਿਆਂ ਭਰਾਵਾਂ ਨੂੰ ਦੱਸਿਆ ਵੀ ਆਹ ਗੱਲ ਹੋਈ ਆ। ਗੱਲ ਕੋਈ ਨਹੀਂ, ਦਸ ਕਰਮ ਦੀ ਵਿਹਤੀ ਹੋਈ ਹੈ, ਪਰ ਆਹ ਹੋਈ ਹੈ, ਇਹ ਕੱਲ੍ਹ ਨੂੰ ਕੋਈ ਹੋਰ ਵੀ ਹੋ ਸਕਦੀ ਹੈ। ਪੱਠੇ ਪੁੱਠੇ ਵੱਢੇ ਲੈਣ ਦੇ, ਐਸ ਵੇਲੇ ਦੁਪਹਿਰ ਨੂੰ ਹੋਕੇ 'ਤੇ ਅੱਗ ਧਰੀ, ਕੱਕੜ ਸਿੰਘ ਦੇ ਊਧਮ ਸਿੰਘ ਦੇ ਡੇਰੇ ਜਾ ਬੈਠਾ ਉਹ ਬੰਦਾ ਬਜ਼ਾਰਾ ਬਹਿ ਗਿਆ। ਉਹ ਆਉਂਦਾ ਹਾਂ ਬਾਈ ਦੱਸ ਕੀ ਗੱਲ ਆ। ਆਉਂਦਾ ਜੀ ਕੋਈ ਗੱਲ ਵੀ ਨਹੀਂ, ਬੰਦਾ ਆਖਿਰ ਪਰੇਸ਼ਾਨ ਹੋਵੇ ਤਾਂ ਹੀ ਪਛਾਣ ਸਕਦੇ, ਹਰ ਆਦਮੀ ਪਛਾਣ ਸਕਦਾ ਵੀ ਪਰੇਸ਼ਾਨੀ ਜੀ। ਉਹਨੇ ਆਖਿਆ ਤੂੰ ਪਰੇਸ਼ਾਨ ਆ, ਗੱਲ ਸਿੱਧੀ ਦੱਸ। ਉਹਨੇ ਆਖਿਆ ਗੱਲ ਵੀ ਕੋਈ ਨਹੀਂ, ਆਪਣਾ ਸਰਦਾਰ ਜੀ ਤਾਂ ਹੈ ਵੀ ਬੜੀ, ਵੀ ਜੇ ਵਾੜ ਹੀ ਪੈਲੀ ਨੂੰ ਖਾਣ ਲੱਗ ਜਾਏ ਨਾ, ਫਿਰ ਵਾੜ ਦਾ ਫਾਇਦਾ ਕੋਈ। ਉਹਨੇ ਆਖਿਆ ਆਹ ਗੱਲ ਹੋਈ ਅਤੇ ਆਹ ਬਾਤ ਹੋਈ ਹੈ। ਉਹਨੇ ਉਸੇ ਵਿੱਚ ਚੌਂਕੀਦਾਰ ਨੂੰ ਆਖਿਆ ਜਾ ਸੱਦ ਕੇ ਲਿਆ, ਪੁੱਤ ਨੂੰ ਮੰਗਵਾ ਲਿਆ, ਮੰਜੀਆਂ ਬਹਿਣ ਲੱਗਾ, ਆਂਦਾ ਇੱਥੇ ਖਲੋ ਉੱਥੇ ਖਲਿਆ ਉਹਦੇ। ਉਹਨੇ ਆਖਿਆ ਜਿਹੜੀ ਗੱਲ ਮੈਂ ਪੁੱਛਦਾ ਉਹਨਾਂ ਮੈਨੂੰ ਜਵਾਬ ਦੇ ਤਾਂ ਫੇਰ ਗਾਂ ਆਉਣਾ, ਮੰਜੀ ਤਾਂ ਨਹੀਂ ਬਹਿਣਾ ਤੂੰ ਜੀ। ਅੱਛਾ ਖਲਿਆ ਲਿਆ। ਉਹਨੇ ਆਖਿਆ ਤੂੰ ਮਰਬੇ ਗਿਆ ਹਾਂ ਬਾਈ? ਅੱਛਾ ਹੈ ਜੀ ਗਿਆ। ਉਹਨੇ ਆਖਿਆ ਤੇਰਾ ਕੋਈ ਰਾਜ ਟਕਰਾਅ ਹੋਇਆ ਕਿਸੇ ਨਾਲ? ਹਾਂ ਹੈ ਜੀ ਹੋਇਆ। ਕਿਹਦੇ ਨਾਲ ਹੋਇਆ? ਇਹਨਾਂ ਦੀ ਕੁੜੀ ਨਾਲ ਹੋਇਆ ਜੀ, ਰੋਟੀ ਲਈ ਜਾਂਦੀ। ਅੱਛਾ ਫਿਰ ਤੂੰ ਕੋ ਬੋਲਿਆ? ਉਹਨੇ ਆਖਿਆ ਜੀ ਮੈਂ ਉਹਨੂੰ ਆਖਿਆ ਵੀ ਰੋਟੀ ਇੱਥੇ ਰੱਖ ਦੇ ਮੈਂ ਖਾਣੀ ਆ। ਉਹਨੇ ਆਖਿਆ ਤੂੰ ਆ ਰਿਹਾ ਸਾਂ ਕਿ ਜਾ ਰਿਹਾ ਸਾਂ? ਹੈ ਜੀ ਮੈਂ ਆ ਰਿਹਾ ਸਾਂ। ਉਹਨੂੰ ਪਤਾ ਲੱਗ ਗਿਆ ਮੇਰੇ ਪੁੱਤ ਦੇ ਦਿਲ 'ਤੇ ਹੇਰਾ ਫੇਰੀ ਹੈ। ਇਹ ਜੋ ਆ ਰਿਹਾ ਤਾਂ ਫਿਰ ਰੋਟੀ ਇਹਨੇ ਖਾ ਕੇ ਕਿੱਧਰ ਵੜਨਾ ਸੀ? ਘਰੋਂ ਆਣ ਕੇ ਖਾ ਲੈਂਦਾ। ਸਿਆਣੇ ਬੰਦੇ ਪਹਿਲੇ ਸਿਆਣੇ ਸੀ, ਹੁਣ ਕਿੱਥੇ ਉਹ? ਉਹਨੇ ਆਖਿਆ ਇੱਥੇ ਖੜਾ ਰਹੋ। ਉਹਦੇ ਕੋਲ ਬੰਦੂਕ ਪਈ ਸੀ, ਉਹਨੇ ਫੜ ਕੇ ਉਹਨੇ ਆਖਿਆ ਲੈ ਫੜ ਬੰਦੂਕ ਮਾਰ ਗੋਲੀ ਇਹਨੂੰ, ਉਹ ਜਿਹਦੀ ਧੀ ਸੀ ਜਿਹਦੀ। ਉਹਨੇ ਆਖਿਆ ਮੈਂ ਨਹੀਂ ਮਾਰ। ਉਹਨੇ ਆਖਿਆ ਤੈਨੂੰ ਮਾਰਨਾ ਗੋਲੀ ਮਾਰਦੇ ਇਹਨੂੰ? ਉਹਨੇ ਆਖਿਆ ਨਹੀਂ ਜੀ ਮੈਂ ਨਹੀਂ ਮਾਰਨੀ। ਉਹਨੇ ਆਖਿਆ ਮੈਂ ਇਹਨੂੰ ਛੱਡਣਾ ਨਹੀਂ, ਮੈਂ ਇਹਨੂੰ ਗੋਲੀ ਮਾਰ ਦੇਣੀ ਆ। ਇਹਨੂੰ ਤੇਰੀ ਇੱਜ਼ਤ ਵੱਲ ਨਹੀਂ ਵੇਖਿਆ, ਮੇਰੀ ਇੱਜ਼ਤ ਵੱਲ ਨਹੀਂ ਵੇਖਿਆ। ਮੈਨੂੰ ਊਧਮ ਸਿੰਘ ਕੱਕੜਾਂ ਵਾਲਾ ਆਉਂਦੇ ਨੇ, ਮੈਂ ਪੂਰੇ ਪਿੰਡ ਦਾ ਮਾਲਕ ਆ, ਪੂਰੇ ਪਿੰਡ ਦਾ ਮਾਲਕ ਸੀ। ਆਹ ਜਿਹੜੀ ਨਹਿਰ ਆਉਂਦੀ ਇਹਦੀ ਉੱਤੇ ਦੁੱਧ ਦੀ ਛਬੀਲ ਹੁੰਦੀ ਸੀ ਉਹਦੀ। ਬਿਲਕੁਲ ਇਹਨੇ ਮੇਰੀ ਇੱਜ਼ਤ ਵੱਲ ਨਹੀਂ ਵੇਖਿਆ। ਹੁਣ ਅੱਜ ਕੱਲ੍ਹ ਦੇ ਕੇ ਚੌਰੀ ਨੂੰ ਆ ਦਈਏ ਅਤੇ ਉਹ ਆਉਂਦੇ ਅਸੀਂ ਤੇਰੀ ਧੀ ਵਾਸਤੇ ਪੁੱਤ ਨਹੀਂ ਮੈਂ ਪਿੰਡੋਂ ਕੱਢ ਦੇਣਾ। ਕਿਆ ਬਾਤਾਂ ਨੇ ਸਾਡੀਆਂ ਮੁਸਲਮਾਨੀ ਦੀਆਂ। ਸਿੱਖ ਇਸ ਗੱਲ ਨੂੰ ਬੜੇ ਵਾਧੂ ਸੀ, ਆਹ ਸਿੱਖ ਨਹੀਂ ਨਿਕਲਦੀ ਨਹੀਂ ਵੇਖੀ ਇੱਥੇ। ਇੱਥੇ ਸ਼ਾਮ ਨੂੰ ਇਹ ਮੁੰਡੇ ਵਰਗੇ ਨਾਲ ਪੰਜ ਜਾਂਦੀਆਂ ਨੇ, ਇਹ ਕਦੀ ਵੀ ਨਹੀਂ ਆਹ ਸਿੱਖਣੀ ਨਹੀਂ ਵੇਖੀ ਲੱਗ ਵੇਖੀ। ਮੈਂ ਆਪਣੀ ਜ਼ਿੰਦਗੀ 'ਚ ਨਹੀਂ ਵੇਖੀ ਸੀ ਕਦੇ ਵੀ ਆਹ ਨਿਕਲ ਕੇ ਚਲੇ ਗਈ। ਇੱਥੇ ਐਸੇ ਨੂੰ ਸਿੱਖ ਆਹ ਅਲੱਗ ਨਾ, ਜਿਹੜੀਆਂ ਇਹ ਸਾਰਾ ਸਿੱਖਾਂ ਦਾ ਪਿੰਡ ਸੀ। ਸਾਡੇ ਕੋਲ ਇੱਥੇ 5-6 ਘਰ ਹੀ ਸੀ। ਖੰਬੀ ਵਾਲੇ ਸਿੱਖ ਸੀ, ਟੀਬੀ ਸਾਹਿਬ ਸਿੰਘ ਜੀ ਸਿੱਖ ਸੀ, ਮਾਨ ਵਾਲਾ ਸਾਰਾ ਸਿੱਖਾਂ ਦਾ ਸੀ। ਇਹ ਮਾਨ ਵਾਲਾ 'ਚ ਸਭ ਤੋਂ ਬਹੁਤੀ ਮਾਲਕੀ ਕਿਹਦੇ ਕੋਲ ਸੀ? ਸਭ ਤੋਂ ਮਾਲਕ ਇਹੋ ਹੀ ਸੀ, ਵੱਡਾ ਮਾਲਕ, ਬਸ ਇਹੋ ਹੀ ਮਾਲਕ ਸੀ ਜੀ ਵੱਡੀ, ਹੋਰ ਕੋਈ ਮਾਲਕ ਨਹੀਂ ਸੀ ਇੱਥੇ।
ये चारे भरा जी। अच्छा हाँ, और कोई मालक नहीं। किन्नी कु मालक? ये उन्होंने बुरजी उन्होंने वाई दी है जी। इतने कोई डेरा भी बनाया सी उन्होंने? ना कोई डेरा नहीं बनाया उन्हें, मान वाले रहना। अच्छा मान वाले उन्हें घोड़ी से चढ़ना, नाल एक मरासी रखा हों, उन्हें भी घोड़ी बराबर की घोड़ी ए बराबर से आनी है, ये इतों की जानी है घोड़ी, पिंड च नहीं बनना। अगों कबर ने उत्तों हो गए तो फिर उत्तों की हो गया उत्तों की मरबे मरबे पिंड च नहीं बनना। जे मैं वह मजारा ना या चौकीदार हाँ मैं उन्होंने आया तो उन्हें आखना बीबा तू हलवा हलवा बस साढ़े अल्ला हलवा। बिल्कुल बो मजाज या चदरा है नहीं हूँ तो अजक दूर पड़ी की पैली मंगो ना जे वो तुरा जाता हो तो मैं हलना डा दो भैन चौदह गांह पैली नहीं देनी तेन मैं मैं गया तो चोरी ने सलाम नहीं किया तो सलाम नहीं किया हल नहीं रखा क्या निकलता हो जाए मेरी पैली चो बाहर अं मुसलमान है और सिख क्या पता ये उदो इत मान वाले नंबरदारियां कि सन हाँ जी मान वाले नंबरदारियां कि सन ना कोई नंबरदारी नहीं। अच्छा आप ही मां बड़ा चरीदा उन्होंने आते आप ही लेंदे कोई नंबरदारी नहीं सी। अच्छा। हूँ पाकिस्तान बने तो बाद तो बथेरिया नंबरदारियां हुई। अच्छा साढ़े को बाद भी चौकीदार साढ़े को रहा अज की जमीन मंगा इन्हें कोई नंबरदारी इन्हें को हाजी मेहरबान सी फिर साधु नंबरदार होया वह भाणजा फिर वह भाणजा दिलदार होया हूँ वह उम्र पोत है। अच्छा चौथी पंजवीं पीढ़ी है जमीन मैंने बोले 70 साल हो गए जमीन आने अज की गल नहीं ते होर कोई जेड़े मानाले जे होर भी ते कार होने सरदारां दे होर ऐसा नो दूसरे इस तरह ही सी भाई कोई दुकानदार को किसने कोई मालक नहीं सी। अच्छा मालक सिर्फ ये चार का मालक हो सी ये बुरजी मानाले जेड़े कोई ये बुरजी सारी से ओना दे नाम आई दी है जेड़े तो कागता जी साहब सिंह दी बुरजी ओना दी बुरजी आई दी ये बुरजी सी मालक इत्थे कोई नहीं जिवें पार हुण मां नहीं मालक ने कोई और मालक नहीं सही वो भी मालक मालक थी जेड़े दुकानदारी करते सन कोई उन्हें दे नाम याद ने कौन सन मालक नहीं उन्हें कोई नाम नहीं ना उद्योग एक राम रखा खत्री सी एक किशू किशू अं आते बाबा दो ही सी। अच्छा हाँ राम रखा खत्री बाबा सी। अच्छा तो किशू दुकाना किनिया कु सन उदो माना ले माना वाले दुकाना 8-10 दुकाना ही सारिया। अच्छा एक बाजार निका जहा छाहकोट एक बाजार से तिरंगा नु जांदा हुंदा सी एक बाजार हुण पता कर लियो मिल लियो मैं तो अगले दिन गया मैं तो ही नहीं पता लगा राह भूल गया भाई जाना किधर मैं किधर होना तो गल ढेड मारा अच्छ तुर के शाहकोट के मेले जाना तुर के आना सिर्फ 2 लारियां चल दियां सी एक हैगी सी इन्हां दी मजौरां दी शाहकोट आया दी ते एक हैगी सी अपना कटकन दी वागे दी कटकन वागियां दी मैं 2 लारी कोई लारी नहीं छड़दी आ लारियां ने तो हुण का समान पैदा ले वेले वेले ਤੁਰਕੇ ਜਾਣਾ ਤੁਰਕੇ ਜ਼ੈਲ ਕਿਹੜੀ ਪੈਂਦੀ ਸੀ ਤੁਰਕੇ ਹੁਣ ਹਾਂਜੀ ਜ਼ੈਲ ਕਿਹੜੀ ਪੈਂਦੀ ਸੀ ਤੁਹਾਨੂੰ ਕੀ ਮੈਂ ਕਿਹਾ ਜ਼ੈਲ ਕਿਹੜੀ ਪੈਂਦੀ ਸੀ ਤੁਹਾਨੂੰ ਜ਼ੈਲ ਕਿਹੜੀ ਜ਼ੈਲਦਾਰ ਕਿਹੜਾ ਸੀ ਇਹ ਲੈ ਆਪਣੇ ਇਲਾਕੇ ਦਾ ਉਹ ਜਿਹੜੇ ਸਾ ਸਰਦਾਰ ਹੀ ਬਸ ਅੱਛਾ ਉਹ ਜੋ ਕੁਝ ਐਸੀ ਉਹ ਜੀ ਯਾ ਕੜਕਨ ਬਾਗਿਆਂ ਵਾਲੇ ਜਿਹੜੇ ਜ਼ੈਲਦਾਰ ਸਨ ਉਹ ਜ਼ੈਲਦਾਰ ਉਹ ਜੀ ਉਹ ਜ਼ੈਲਦਾਰ ਸੀ ਉਹ ਜਿਹੜਾ ਕੜਕਨ ਬਾਗਿਆਂ ਦਾ ਉਹਦੀ ਆਪਣੀ ਜ਼ਮੀਨ ਸੀ ਅੱਛਾ ਉਹ ਨਿਕਲ ਜਾਂਦਾ ਫਰਾ ਉਹ ਇਧਰ ਬੁਰਜੀ ਚ ਨਹੀਂ ਆਉਂਦਾ ਇਹ ਇਹ ਉਰਲੀ ਉਰਲੀ ਬੁਰਜੀ ਉਰਾ ਉਰਾ ਰਹਿ ਜਾਂਦੀ ਹੈ ਮੁਹੱਬਤ ਖਾਨ ਬਾਗਾ ਹਾਂਜੀ ਅੱਛਾ ਉਹ ਪਰਾਂ ਲੈ ਰਹਿੰਦਾ ਠੀਕ ਉਹ ਪਰਾਂ ਉਹ ਸੀ ਜ਼ੈਲਦਾਰ ਉਹ ਇਹਨਾਂ ਦੇ ਕੋਈ ਹੋਰ ਵੀ ਕਾਰੋਬਾਰ ਹੋਣਗੇ ਕਿਹਨਾਂ ਦੇ ਜਾਂ ਸਿਰਫ ਬਾਈ ਬੀਜੀ ਸੀ ਕਿਹਨਾਂ ਦੇ ਇਹ ਜਿਹੜੇ ਆਪਣੇ ਪਿੰਡ ਵਾਲੇ ਮਾਨ ਵਾਲੇ ਸਨ ਮਾਨ ਸਨ ਜਿਹੜੇ ਨਾ ਕੋਈ ਹੋਰ ਕਾਰੋਬਾਰ ਨਹੀਂ ਸੀ ਅੱਛਾ ਜਿਹੜਾ ਸਰਦਾਰ ਜਗਜੀਤ ਸਿੰਘ ਸੀ ਨਾ ਇਹ ਦਰਦੇ ਅਵਲ ਦਾ ਮਜਸੇੜ ਸੀ ਅੱਛਾ 6 ਮਹੀਨੇ ਨੂੰ ਬੰਨਣ ਦੀ ਸਾਲ ਆਜ਼ਾਦ ਸੀ ਇਹਦੀ ਕੋਠੀ ਇਧਰਲੇ ਬੰਨੇ ਪਈ ਮਾਨ ਵਾਲੇ ਦੀ ਅਤੇ ਇਧਰਲੇ ਬੰਨੇ ਉਹ ਹੈਗੀ ਆ ਉਹਦੇ ਕੋਲ ਆਪਣੇ ਸੁਲੇਮਾਨ ਸਦੀਕੀ ਕੋਲ ਹੁਣ ਉਹ ਕਚਹਿਰੀ ਹੁੰਦੀ ਸੀ ਇਧਰਲੇ ਬੰਨੇ ਕੋਠੀ ਜਿਹੜੀ ਉਹਦੇ ਵਿੱਚ ਰਹਿੰਦਾ ਸੀ ਸਹੀ ਹੁਣ ਉਹ ਦੁਕਾਨਾਂ ਬਣ ਗਈਆਂ ਵੀ ਰਹਿ ਗਈ ਯਾਨੀ ਕਿ ਇਹਦੀ ਕੋਈ ਚਦਰਾ ਨਹੀਂ ਸੀ ਜੀ ਇਹਨਾਂ ਸਰਦਾਰਾਂ ਦੀ ਇਹੋ ਹੀ ਮਾਲਕ ਸੀ
ਉਨੀ ਕਰਨ ਲਿਖੀ ਕਰਨ ਜੋ ਮਰਜ਼ੀ ਸਕੂਲ ਬਣਿਆ ਸੀ ਉਦੋਂ ਇੱਥੇ ਪਿੰਡ 'ਚ ਹਾਂਜੀ ਸਕੂਲ ਬਣਿਆ ਸੀ ਸਕੂਲ ਹਾਂਜੀ ਸਕੂਲ ਬਣਿਆ ਅੱਛਾ ਸਕੂਲ ਬਣਿਆ ਸੀ ਆਪਣਾ ਕਾਂ ਵਾਲੀ ਅਤੇ ਭੇਟਾਂ ਅਤੇ ਰਾਮੂ ਵਾਲੇ ਉਹ ਰਾਮੂ ਵਾਲੇ ਦਾ ਮਾਸਟਰ ਸੀ ਉਹ ਆਣ ਕੇ ਪੜ੍ਹਾਉਣਾ ਹੁੰਦਾ ਸੀ ਤੁਸੀਂ ਪੜ੍ਹਦੇ ਰਹੋ ਕਿ ਬੜਾ ਕਾਬਲ ਸੀ ਪੜ੍ਹਦੇ ਰਹੋ ਤੁਸੀਂ ਨਹੀਂ ਮੈਨੂੰ ਤਾਂ ਮੇਰੇ ਮਾਂ ਪਿਓ ਨੇ ਪੜ੍ਹਨੇ ਨਹੀਂ ਪਾਇਆ ਅੱਛਾ ਮੈਂ ਉਹ ਇੱਦਾਂ ਹੀ ਬਾ ਪ੍ਰਾਈਵੇਟ ਹੀ ਰਿਹਾ ਕੋਈ ਨਹੀਂ ਪੜ੍ਹਨਾ ਪੜ੍ਹਿਆ ਪੜ੍ਹਿਆ ਕੋਈ ਨਹੀਂ ਸਹੀ ਹਾਂ ਉਹਨੇ ਅੱਲਾ ਕਰਮ ਕਰੇ ਦਿਮਾਗ ਮੇਰਾ ਸਹੀ ਸੀ ਪੜ੍ਹਿਆ ਨਹੀਂ ਮੈਂ ਅਤੇ ਜਦੋਂ ਫਿਰ ਇਹ ਉਜਾੜੇ ਪਏ ਨੇ ਹਾਂਜੀ ਉਦੋਂ ਫਿਰ ਕੀ ਹਾਲਾਤ ਬਣੇ ਹਾਲਾਤ ਜਦੋਂ ਦੀ ਇਹ ਬਣਿਆ ਬਈ ਸਾਉਣ ਭਾਦੋ ਦੇ ਦਿਨ ਸੀ ਜਿਹੜੀ ਕਮਾਲ ਸੀ ਚਿਹਰੀਆਂ ਸੀ ਬਸ ਜੈਸੇ ਆਉਂਦੇ ਸੀ ਇੱਧਰੋਂ ਜੀ ਸਿੱਖਾਂ ਦਾ ਜੈਸਾ ਆ ਗਿਆ ਉਹ ਐਂ ਕਰਦੇ ਆ ਇਹਨਾਂ ਨੇ ਸ਼ਰਾਰਤਾਂ ਇਹਨਾਂ ਛੇੜੀ ਆ ਇਹਨਾਂ ਨੇ ਆ ਬੱਲੋ ਵਾਲਾ ਹੈਡਨੀ ਉੱਥੇ ਇਹਨੇ ਜਾ ਕੇ ਬੜਾ ਸਿੱਖ ਵੱਢਿਆ ਵੱਢ ਵੱਢ ਕੇ ਫੱਟੜ ਕਰ ਕਰਕੇ ਗੱਡੀ ਦੇ ਵਿੱਚ ਵਾੜੇ ਜਦੋਂ ਉਹ ਗੱਡੀ ਗਈ ਅੰਮ੍ਰਿਤਸਰ ਅਤੇ ਉਹਨਾਂ ਵੇਖੀ ਸਿੱਖਾਂ ਨੇ ਉਹਨਾਂ ਆਖਿਆ ਵੀ ਤੁਸੀਂ ਹੁਣ ਘਾਟਾ ਘੱਟ ਤੋਂ ਕਰਦੇ ਸ਼ਰਾਰਤ ਇਹਨਾਂ ਛੇੜੀ ਪਹਿਲਾਂ ਇਹਨਾਂ ਇਹ ਵੱਢ ਟੋਕਾ ਵਾਲਾ ਕੰਮ ਕੀਤਾ ਨਹੀਂ ਤਾਂ ਕੰਮ ਇਹ ਸੀ ਵੀ ਜੈਸੇ ਬਣਨੇ ਇੱਥੋਂ ਆਏ ਫੌਜ ਆਈ ਅਤੇ ਉਹਨੇ ਆ ਪਿੰਡ ਸਾਰਿਆਂ ਨੂੰ ਉਠਾਇਆ ਚਲੋ ਵੀ ਤੁਰੋ ਅਤੇ ਅਸੀਂ ਤੁਰ ਪਏ ਅਤੇ ਚਾਰ ਦੁਆਲੇ ਉਹ ਆਉਂਦੇ ਸੀ ਅਸਲੇ ਉਹਨਾਂ ਦੇ ਕੋਲ ਰਾਖੀ ਸੀ ਚਲੋ ਬਈ ਲਾਹੌਰ ਲਿਆਉਣ ਕੇ ਵਾੜ ਦੇਣੀ ਜਦੋਂ ਇਹ ਕੰਮ ਹੋਇਆ ਬਸ ਫਿਰ ਤਾਂ ਰਾਹ ਭਰੇ ਖੂਹ ਭਰੇ ਅਸੀਂ ਪਾਕਿਸਤਾਨ ਬਣਨ ਤੋਂ ਪਹਿਲੇ ਆ ਗਏ ਸਾਂ ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂ ਜ਼ਿਲ੍ਹਾ ਸਾਡਾ ਅੰਮ੍ਰਿਤਸਰ ਆ ਪਿੰਡ ਢੋਟੀਆਂ ਬੋਹੜ ਵਾਲਾ ਲਾਗੇ ਪਿੰਡ ਇੱਕ ਹੋਰ ਅੱਛਾ ਹਾਂਜੀ ਅਸੀਂ ਉੱਥੇ ਦੇ ਰਹਿਣ ਵਾਲੇ ਸਾਂ ਅਸੀਂ ਪਾਕਿਸਤਾਨ ਬਣਨ ਤੋਂ ਪਹਿਲੋਂ ਆ ਗਏ ਸੀ ਅੱਛਾ ਮੇਰਾ ਮਾਂ ਪਿਓ ਪਹਿਲੋਂ ਆ ਗਿਆ ਸੀ ਅੱਛਾ ਅੱਛਾ ਮੈਂ ਇੱਥੇ ਦੇ ਜਨਮ ਅਤੇ ਇਹ ਜਿਹੜੇ ਆਪਣੇ ਮਾਨ ਵਾਲੇ ਦੇ ਮਾਨ ਸਨ ਇਹ ਸਰਦਾਰ ਫਿਰ ਇੱਥੋਂ ਕਿਵੇਂ ਨਿਕਲੇ ਇਹ ਅਮਨੋ ਸਲਾਮਤੀ ਟੁਰ ਗਏ ਸਨ ਅਮਨੋ ਸਲਾਮ ਕੋਈ ਮਾਮਲਾ ਨਹੀਂ ਹੋਇਆ ਇਹਨਾਂ ਦਾ ਕੋਈ ਗੱਲ ਪਹਿਲੋਂ ਇਸ ਗੱਲ 'ਤੇ ਰਹਿ ਵੀ ਜੇ ਜੈਸੇ ਪੈਂਦੀ ਸੀ ਅਤੇ ਲੋਕਾਂ ਨੇ ਆਖਣਾ ਤਾਂ ਨਾ ਆਖਣਾ ਉਹ ਗੱਲ ਸੁਣੋ ਹੋਏ ਜੇ ਪਾਕਿਸਤਾਨ ਅਤੇ ਹਿੰਦੁਸਤਾਨ ਬਣ ਗਿਆ ਤਾਂ ਮੇਰੀ ਪੱਕ ਜ਼ਮੀਨ ਨਹੀਂ ਹਿੰਦੁਸਤਾਨ ਬਣ ਜਾਣੀ ਯਾਨੀ ਮਾਨ ਤਾਂ ਇੰਨਾ ਕੁ ਸੀ ਨਾ ਜ਼ਮੀਨ ਤਾਂ ਨਹੀਂ ਸਾਡੀ ਪਾਕਿਸਤਾਨ ਬਣ ਜਾਣੀ ਅੱਛਾ ਪਾਕਿਸਤਾਨ ਬਣ ਜਾਊ ਮਾਲਕ ਤਾਂ ਇਹੀ ਰਹਾਂਗੇ ਨਾ ਇਹ ਨਹੀਂ ਪਤਾ ਵੀ ਜ਼ਮੀਨ ਵੀ ਸਾਨੂੰ ਇੱਥੋਂ ਨਿਕਲਣਾ ਪੈਣਾ ਜਾਣਾ ਪੈਣਾ ਜਦੋਂ ਇੱਥੋਂ ਨਿਕਲੇ ਨੇ ਉਦੋਂ ਤੁਸੀਂ ਹੈ ਸੀ ਕੋਲ ਹਾਂਜੀ ਉਦੋਂ ਜੀ ਬਸ ਤਿੰਨ ਦੱਸਿਆ ਫਿਰ ਤਾਂ ਨੰਗੀ ਪੈਰੀ ਗਏ ਨੇਗੇ ਹਰ ਸ਼ਹਿਰ ਛੱਡ ਕੇ ਆਪੋ ਆਪਣੀ ਚਲੇ ਗਏ ਹੋਈ ਅਮਨੋ ਮਾਨ ਥੋੜ੍ਹੇ ਚਿਰ ਅਸੀਂ ਸੁਣਿਆ ਸੀ ਵੀ ਜਗਜੀਤ ਸਿੰਘ ਦੇ ਮੁੰਡਿਆਂ ਨੇ ਜੁੱਤੀਆਂ ਦੀਆਂ ਦੁਕਾਨਾਂ ਪਾਈਆਂ ਉਹਦੇ ਕੋਈ ਸਾਲ ਕੁ ਬਾਅਦ ਕਿੱਥੇ ਸਰਦਾਰੀਆਂ ਅਤੇ ਕਿੱਥੇ ਫਿਰ ਦੁਕਾਨਦਾਰੀਆਂ ਕਿੱਥੇ ਸਰਦਾਰੀਆਂ ਅਤੇ ਕਿੱਥੇ ਦੁਕਾਨਦਾਰੀਆਂ ਇੱਥੇ ਦੇ ਵਾਰੀ ਮਾਲਕ ਸੀ ਸਾਰੇ ਹਰ ਚੀਜ਼ ਦੇ ਇੱਥੇ ਦਿੰਦੇ ਸੀ ਕੋਈ ਮਾਲਕ ਨਹੀਂ ਸੀ ਉਹਨਾਂ ਤੋਂ ਬਗੈਰ ਉਹੀ ਮਾਲਕ ਸੀ ਚਾਰੇ ਘਰ ਹੀ ਪਤਾ ਉੱਧਰ ਕਿੱਥੇ ਬੈਠੇ ਨੇ ਕਰਦੇ ਇਨਸਾਫ ਹਾਂਜੀ ਉੱਧਰ ਜਾ ਕੇ ਕਿੱਥੇ ਬੈਠੇ ਨੇ ਨਹੀਂ ਜੀ ਨਹੀਂ ਅਸੀਂ ਨਹੀਂ ਗਏ ਨਾ ਸਾਨੂੰ ਪਤਾ ਹੀ ਹੈ ਵੀ ਕਿੱਥੇ ਬੈਠੇ ਆ ਕਦੀ ਕੋਈ ਆਇਆ ਉਹਨਾਂ 'ਚ ਪੜ੍ਹ ਕੇ ਕੋਈ ਨਹੀਂ ਆਇਆ ਕੋਈ ਮਿਲਣ ਆਇਆ ਪਿੰਡ ਵੇਖਣ ਨਹੀਂ ਨਨਕਾਣੇ ਮੇਲਾ ਹੁੰਦਾ ਉੱਥੇ ਆਏ ਹੋਣ ਕੇ ਕਿਤੇ ਉੱਥੇ ਹੁਣ ਕੋਈ ਵਾਕਫ ਹੋਵੇ ਜਿਹਨੂੰ ਪਤਾ ਹੋਵੇ ਉਹ ਹੀ ਮਿਲ ਸਕਦਾ ਨਾ ਜਿਵੇਂ ਹੁਣ ਤੁਸੀਂ ਮੇਰੇ ਕੋਲ ਗੱਲ ਪੁੱਛਦੇ ਜੀ ਜਿਹਨੂੰ ਪਤਾ ਨਾ ਹੋਵੇ ਉਹਨੂੰ ਕੀ ਪਤਾ ਭਾਵੇਂ ਕੋਈ ਨਾ ਦਿਓ ਮੇਲੇ 'ਤੇ ਆਉਂਦੇ ਰਹਿੰਦੇ ਹੋ ਅਤੇ ਕਚਹਿਰੀ ਲਾਉਂਦੇ ਸੀ ਇੱਥੇ ਮੇਲ ਨਹੀਂ ਮੈਂ ਕਿਹਾ ਇੱਥੇ ਉਹਨਾਂ ਦੀ ਕਚਹਿਰੀ ਲੱਗਦੀ ਸੀ ਹਾਂਜੀ ਕਚਹਿਰੀ ਲੱਗਦੀ ਜੀ ਅਤੇ ਕੋਈ ਉਹਲੇ ਵੇਲੇ ਦਾ ਕੋਈ ਵਾਕਿਆ ਕੋਈ ਫੈਸਲਾ ਯਾਦ ਹੋਵੇ ਦਰਦਾ ਅਵਲ ਦਾ ਮਜਿਸਟਰ ਸੀ ਜੀ ਫੈਸਲਾ ਬੰਨਦੇ ਸੀ ਉਹ ਜਿਹੜਾ ਸਹੀ ਹੁੰਦਾ ਸੀ ਉਹਨੂੰ ਸਹੀ ਫੈਸਲਾ ਉਹਨਾਂ ਦਾ ਸਹੀ ਹੁੰਦਾ ਸੀ ਗਲਤ ਨਹੀਂ ਕੀਤਾ ਉਹਨੇ ਜਿਹੜਾ ਕਾਬਲ ਹੈ ਵੱਜਣ ਦੇ ਉਹਨੂੰ ਵੱਡਾ ਨਹੀਂ ਤਾਂ ਨਹੀਂ ਵੱਡਾ ਹਾਂ ਵੱਡੀ ਚੀਰਾ ਨਹੀਂ ਲਿਆ ਫੈਸਲਾ ਸਹੀ ਉਹ ਹੀ ਹੁੰਦਾ ਸਹੀ ਉਹਨਾਂ ਆਪਣੇ ਜਿਹੜਾ ਗੁਨਾਹਗਾਰ ਆ ਉਹਦੀ ਤਸੱਲਾ ਕਰਕੇ ਉਹਨੂੰ ਵੱਡਾ ਸਹੀ ਇਹਦੇ ਨਹੀਂ ਚਲੋ ਜੀ ਬਜ਼ੁਰਗੋ ਬੜੀ ਮਿਹਰਬਾਨੀ